ਹੈਲੋ ਸਟੂਡੈਂਟਸ ਤੁਹਾਡਾ ਆਪਣੇ ਚੈਨਲ ਟੀਚਿੰਗ ਰਸਤੇ ਸਵਾਗਤ ਹੈ ਤਾਂ ਬੱਚਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਹੈ ਜਿਹੜਾ ਹੜ੍ਹਾਂ ਦੇ ਕਾਰਨ ਹੈ ਜਿਹੜਾ ਪਾਣੀ ਸਾਰੇ ਘਰਾਂ ਦੇ ਵਿੱਚ ਹੈ ਜਿਹੜਾ ਪਿੰਡੋਂ ਪਿੰਡ ਜਿਹੜਾ ਪਹੁੰਚ ਚੁੱਕਿਆ ਹੈ ਇਸ ਕਾਰਨ ਸਰਕਾਰ ਦੁਆਰਾ ਜਿਹੜਾ ਸਕੂਲਾਂ ਦੇ ਵਿੱਚ ਲਗਾਤਾਰ ਜਿਹੜੀ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤਾਂ ਬੱਚਿਓ ਪਹਿਲਾਂ 13 ਤਰੀਕ ਤੱਕ ਜਿਹੜੀਆਂ ਬੱਚਿਆਂ ਨੂੰ ਛੁੱਟੀਆਂ ਦਿੱਤੀਆਂ ਗਈਆਂ ਸੀ ਪਰ ਹੁਣ ਛੁੱਟੀਆਂ ਵਿੱਚ ਵਾਅਦਾ ਕੀਤਾ ਗਿਆ ਹੈ ਤਾਂ ਆਪਾਂ ਦੇਖ ਲੈਂਦੇ ਹਾਂ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦੇ ਜੀਦੇ ਨਿਰਦੇਸ਼ਾਂ ਅਨੁਸਾਰ ਬਾਰਿਸ਼ ਕਾਰਨ ਸੁਰੱਖਿਆ ਦੇ ਮੱਦੇ ਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਐਡਿਡ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਰਹੀਆਂ ਛੁੱਟੀਆਂ ਵਿੱਚ 16 ਜੁਲਾਈ 2023 ਤੱਕ ਵਾਅਦਾ ਕੀਤਾ ਜਾਂਦਾ ਹੈ 17 ਜੁਲਾਈ ਸੋਮਵਾਰ ਤੋਂ ਸਕੂਲ ਆਮ ਖੁੱਲਣਗੇ ਮਤਲਬ ਕਿ 17 ਜੁਲਾਈ ਨੂੰ ਹੁਣ ਸਕੂਲ ਖੁੱਲਣਗੇ ਤਾਂ ਇਸ ਕਰਕੇ ਸਾਰੇ ਜਿਹੜੇ ਸਕੂਲ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਚਾਹੇ ਉਹ ਪ੍ਰਾਈਵੇਟ ਹੋਵੇ ਚਾਹੇ ਐਡਿਡ ਹੋਵੇ ਚਾਹੇ ਇਹ ਕੋਈ ਵੀ ਸਕੂਲ ਹੋਵੇ ਉੱਥੇ ਛੁੱਟੀਆਂ ਹਨ ਅਗਰ ਕੋਈ ਸਕੂਲ ਲਗਾਉਂਦਾ ਹੈ ਤਾਂ ਉਹ ਆਪਣੀ ਆਪਣੀ ਜਿਮੇਵਾਰੀ ਤੇ ਸਕੂਲ ਲਗਾਵੇਗਾ ਇਸ ਕਰਕੇ ਇਹ ਛੁੱਟੀਆਂ 10 ਜੁਲਾਈ ਤੱਕ ਕੀਤਾ ਗਿਆ ਹੈ ਇਸ ਕਰਕੇ ਤੁਸੀਂ ਘਰ ਵਿੱਚ ਆਪਣੇ ਸੁਰੱਖਿਤ ਰਹੋ ਥੈਂਕ ਯੂ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਕਿਉਂਕਿ ਇਸ ਚੈਨਲ ਤੇ ਹਰ ਇੱਕ ਨਵੀਂ ਅਪਡੇਟ ਹੈ ਜਿਹੜੀ ਦਿੱਤੀ